ਇੱਥੇ ਤਿੰਨ ਆਏ ਨੇ ਤਿੰਨਾਂ ਨੇ ਮੋਟਰਸਾਈਕਲ ਤੇ ਆਏ ਨੇ ਤੇ ਉਹ ਇੱਥੇ ਉਹਨਾਂ ਨੇ ਦੇਖਦੇ ਆ ਜੀ ਜੋ ਮਾਮਲਾ ਹੈ ਫਾਇਰ ਲੱਗਣ ਦਾ ਮਾਮਲਾ ਆਉਂਦਾ ਵਿੱਚ ਸਾਹਮਣੇ ਤੇ ਉਹ ਤਫਤੀਸ਼ ਕਰ ਰਹੇ ਆ ਜੋ ਤਫਤੀਸ਼ ਸਾਹਮਣੇ ਹੁੰਦਾ ਉਹ ਕਾਰ ਵਿੱਚ ਚੁੱਕੇ ਤੇ ਸਰ ਗੋਲੀਆਂ ਕਿੰਨੀਆਂ ਚੱਲੀਆਂ ਹਜੇ ਫਿਲਹਾਲ ਦੇਖ ਰਹੇ ਆ ਤਫਤੀਸ਼ ਕਰ ਰਹੇ ਆ ਜੋ ਆਉਂਦਾ ਸਾਹਮਣੇ ਤੁਹਾਨੂੰ ਦੱਸਿਆ ਜਾਊ ਤੇ ਸਰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਹਜੇ ਇੱਕ ਹਸਪੀਟਲ ਗਿਆ ਮੁੰਡਾ ਜੋ ਇੱਥੇ ਕੰਮ ਕਰਦਾ ਸੀ ਉਹ ਦੇਖਦੇ ਹਾਂ ਹਸਪੀਟਲ ਜਾ ਕੇ ਕੀ ਹੈ ਤੇ ਸਰ ਕਾਰਨ ਕੀ ਹੋਇਆ ਇਹ ਗੋਲੀ ਚੱਲਣ ਦਾ ਉਹ ਆਈ ਸੀ ਇਹਨਾਂ ਤੋਂ ਬੈਗ ਬੂਗ ਮੰਗਦੇ ਸੀ ਤੇ ਉਹ ਫਿਰ ਜਦ ਉਹਨਾਂ ਨੇ ਮਨਾ ਕੀਤਾ ਤਾਂ ਫਿਰ ਜੋ ਵੀ ਹੋਇਆ ਉਹ ਦੇਖਦੇ ਹਾਂ ਬਾਕੀ ਸਰ ਕੋਈ ਖੋਲ ਵਗੈਰਾ ਵੀ ਮਿਲਿਆ ਨਹੀਂ ਹਜੇ ਫਿਲਹਾਲ ਦੇਖਦੇ ਹਾਂ ਕਰ ਰਹੇ ਹਾਂ ਤਫਤੀਸ਼ ਹੋਣੇ ਆਏ ਜੇ ਮਿਲਦੇ ਆ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸਰ ਹਾਂਜੀ ਸਰ ਅੱਜ ਜਿਹੜੀ ਤੁਹਾਡੇ ਪੈਟਰੋਲ ਪੰਪ ਤੇ ਗੋਲੀ ਚੱਲੀ ਗਈ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਦੇਖੋ ਜੀ ਇਸ ਸੰਬੰਧ ਵਿੱਚ ਕੋਈ ਤਿੰਨ ਲੜਕੇ ਆਏ ਮੋਟਰਬਾਈਕ ਤੇ ਜੀ ਨਕੂਦਰ ਵੱਲੋਂ ਹੀ ਆਏ ਆ ਸ਼ਹਿਰ ਵੱਲੋਂ ਤਿੰਨ ਜਣੇ ਆਏ ਆ ਮੁੰਡਿਆਂ ਦੇ ਕੋਲੋਂ ਬੈਗ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਉਹ ਤੋਂ ਬਾਅਦ ਇਹਨਾਂ ਨੇ ਚਾਰ ਪੰਜ ਕਿਲੇ ਫਾਇਰ ਕੱਢੇ ਆ ਤੇ ਇੱਕ ਪੱਟ ਦੇ ਕੋਲ ਮੁੰਡੇ ਦੇ ਤਿੰਨ ਜਗ੍ਹਾ ਤੇ ਕਿਹੜੀਆਂ ਲੱਗੀਆਂ ਗੋਲੀਆਂ ਤਾਂ ਹਸਪੀਟਲ ਡਾਕਟਰ ਦੇਖ ਰਹੇ ਨੇ ਸਾਰਾ ਦਾ ਸਾਰਾ ਜੋ ਹੈਗਾ ਤਾਂ ਪੁਲਿਸ ਪ੍ਰਸ਼ਾਸਨ ਕਿਹੜਾ ਆਪਣੀ ਕਾਰਵਾਈ ਕਰ ਰਿਹਾ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਹਾਂਜੀ ਪੁਲਿਸ ਆ ਗਈ ਸੀ ਤੇ ਕੋਈ ਖੋਲ ਵਗੈਰਾ ਵੀ ਮਿਲਿਆ ਉੱਥੇ ਹਾਂਜੀ ਕਿਹੜੇ ਜਿੰਦਾ ਕਾਰਦੂਸ ਆ ਉਹ ਵੀ ਉੱਥੇ ਬਰਾਮਦ ਹੋਏ ਮੇਰੇ ਖਿਆਲ ਨਾਲ ਇਹਨਾਂ ਦੇ ਕੋਲ ਤਾਂ ਉਹਦਾ ਵੀ ਗੋਲੀਆਂ ਚੱਲੀਆਂ ਵੀ ਇਹਨਾਂ ਕੋਲ ਬਰਾਮਦ ਹੋਈ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗੇ ਪੁਲਿਸ ਪ੍ਰਸ਼ਾਸਨ ਆਪਣੀ ਕਿਹੜੀ ਕਾਰਵਾਈ ਕਰ ਰਿਹਾ ਜੀ ਹੋਪਫੁਲੀ ਉਮੀਦ ਆ ਕਿ ਕਿਹੜੇ ਜਲਦ ਤੋਂ ਜਲਦ ਕਿਹੜੇ ਇਹ ਆਨਸਰ ਹੈਗੇ ਫੜੇ ਠੀਕ